ਮੰਨ ਲਿਆ, ਪਰ ਗੁਰਮੁਖੋ ਇਹਨੂੰ ਮੰਨਣਾ ਨਹੀਂ ਕਹਿੰਦੇ, ਮੰਨੋ ਹੁਕਮ ਮਹਾਰਾਜ ਦਾ, ਇੰਜ ਮੰਨੋ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਹੁਕਮ ਕੀਤਾ। ਪੰਚਮ ਪਾਤਸ਼ਾਹ ਦਾ ਹੁਕਮਨਾਮਾ ਆ ਗਿਆ, ਪੰਜਵੇਂ ਪਾਤਸ਼ਾਹ ਸਾਹਮਣੇ ਬੈਠੇ ਮੈਨੂੰ ਕਹਿ ਰਹੇ ਨੇ ਸਰੀਰ ਕਰਕੇ ਡਰ ਮੰਨੋ, ਜਿਵੇਂ ਸਰੀਰ ਦਾ ਡਰ ਹੁੰਦਾ, ਉਹ ਸਾਡੇ ਕੋਲ ਹੈ ਨਹੀਂ, ਇਹਨੂੰ ਦੇ ਕਰਕੇ ਮੰਨਣਾ ਨਹੀਂ ਸੀ ਕਹਿੰਦੇ, ਜਿਹੜਾ ਅਸੀਂ ਸਮਝੀ ਫਿਰਦੇ। ਅਸੀਂ ਸਾਡੇ ਕੋਲ ਕੇਵਲ ਰਹਿ ਗਿਆ ਦਿਖਾਵਾ, ਪਰ ਦਿਖਾਵੇ ਨਾਲ ਗੱਲ ਨਹੀਂ ਬਣਨੀ। ਪੁਸ਼ਤ ਪਥਕ ਤੈ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਵਤਨ ਕੇ ਜਾਈਏ। ਗੱਲਾਂ ਹੀ ਨੇ, ਇਹ ਮਨ ਚੰਚਲਾ ਚਤੁਰਾਈ ਕਿਹਨਾਂ ਨਾਲ ਪਾਇਆ, ਚਤੁਰਾਈਆਂ ਨਾਲ ਪਾਇਆ ਨਹੀਂ ਜਾਣਾ, ਥੋੜ੍ਹੀ ਮਿਹਨਤ ਕਰਨੀ ਪੈਣੀ। ਬਾਬਾ ਆਨੰਦ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੰਨਾ ਸਤਿਕਾਰ ਕਰਦੇ ਸੀ ਨਾ, ਸ਼ਰਧਾ ਇੰਨੀ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਗੁਰੂ ਨਾਨਕ ਪ੍ਰਗਟ ਕਰ ਲਿਆ। ਭਾਵਨਾ ਦੀ ਗੱਲ ਹੈ, ਸਾਡੀਆਂ ਉਹ ਅੱਖਾਂ ਹੀ ਨਹੀਂ, ਸਾਡੀ ਉਹ ਸ਼ਰਧਾ ਹੀ ਨਹੀਂ ਬਣੀ, ਅਜੇ ਸਾਡੀ ਉਹ ਭਾਵਨਾ ਨਹੀਂ ਬਣੀ, ਬਣਾਈਏ ਸਾਧ ਸੰਗਤ। ਜਦੋਂ ਸ਼ਰਧਾ ਬਣ ਗਈ ਫਿਰ ਕਿਰਪਾ ਹੋ ਜਾਏਗੀ, ਸ਼ੰਕੇ ਮਿਟ ਜਾਣਗੇ। ਜਿਹੜੇ ਦੇ ਬੰਦੇ ਦੇ ਅੰਦਰ ਸ਼ੰਕਾ ਹੈ ਨਾ ਗੁਰੂ ਮਹਾਂਪੁਰਖਾਂ ਪ੍ਰਤੀ, ਉਹਦੀ ਸ਼ਰਧਾ ਬਣ ਹੀ ਨਹੀਂ ਸਕਦੀ, ਅਤੇ ਜਿਹਦੀ ਸ਼ਰਧਾ ਹੈ ਉਹਦੇ ਮਨ ਵਿੱਚ ਕਦੇ ਸ਼ੰਕਾ ਨਹੀਂ ਆ ਸਕਦੀ। ਸ਼ੰਕਾ ਅਤੇ ਸ਼ਰਧਾ ਦਾ ਮੇਲ ਹੀ ਕੋਈ ਨਹੀਂ। ਜੇ ਸ਼ਰਧਾ ਹੈ ਫਿਰ ਤਾਂ ਸ਼ੰਕਾ ਅੰਦਰ ਆਉਂਦੀ ਹੀ ਨਹੀਂ, ਅਤੇ ਜੇ ਇੱਕ ਵਾਰੀ ਸ਼ੰਕਾ ਆ ਗਈ ਮਨ ਵਿੱਚ ਤਾਂ ਫਿਰ ਸ਼ਰਧਾ ਤਾਂ ਨਾਲ ਦੀ ਨਾਲ ਖਤਮ। ਗੁਰੂ 'ਤੇ ਸ਼ੰਕਾ ਨਹੀਂ ਕਦੇ ਕਰਨੀ ਚਾਹੀਦੀ। ਮੇਰੇ ਮਹਾਰਾਜ ਹਾਜ਼ਰ ਨਾਜ਼ਰ ਨੇ, ਮੇਰੇ ਸਤਿਗੁਰੂ ਸੁਣਦੇ ਨੇ, ਮੇਰੇ ਸਤਿਗੁਰੂ ਬੋਲਦੇ ਨੇ, ਮੇਰੇ ਸਤਿਗੁਰੂ ਛਕਦੇ ਨੇ, ਇਹ ਗੁਰਸਿੱਖ ਦੀ ਸ਼ਰਧਾ ਹੈ, ਇਹ ਭਾਵਨਾ ਹੈ ਸਾਡੀ। ਅਤੇ ਜੇ ਭਾਵਨਾ ਨਹੀਂ, ਜੇ ਸਾਧ ਸੰਗਤ ਸਾਡੀ ਸ਼ਰਧਾ ਨਹੀਂ, ਫਿਰ ਜਿੰਨੇ ਮਰਜ਼ੀ ਮੱਥੇ ਟੇਕੀ ਜਾਈਏ, ਜਿੰਨੇ ਮਰਜ਼ੀ ਖੰਡ ਪਾਠ ਕਰਾਈ ਜਾਈ, ਜਿੰਨੇ ਮਰਜ਼ੀ ਲੰਗਰ ਲਾਈ ਚੱਲੀਏ, ਫਿਰ ਨਹੀਂ ਗੱਲ ਬਣਦੀ। ਖੰਡ ਪਾਠ ਕਰਾਉਣ 'ਤੇ ਬੜਾ ਜ਼ੋਰ ਹੈ ਸਾਡਾ। ਕਈ ਪ੍ਰੇਮੀ ਕਹਿੰਦੇ ਨੇ, ਖਿਮਾ ਕਰਿਓ ਤੁਹਾਡੇ ਵਿੱਚ ਬੈਠੇ ਹੋਣਗੇ, ਗੁੱਸਾ ਨਾ ਕਰਿਓ, ਅਸੀਂ ਜੀ ਹਰ ਸਾਲ ਖੰਡ ਪਾਠ ਕਰਾਉਂਦੇ ਹਾਂ, ਬੜਾ ਮਾਣ ਹੈ ਮਨ ਵਿੱਚ। ਬਾਬਾ ਜੀ ਅਸੀਂ ਅਖੰਡ ਪਾਠ ਸਾਹਿਬ ਆਏ ਸਾਲ ਕਰਾਉਂਦੇ ਹਾਂ, ਬਹੁਤ ਚੰਗੀ ਗੱਲ, ਫਿਰ ਵੀ ਦੁਖੀ ਹੈ। ਅਖੰਡ ਪਾਠ ਸਾਹਿਬ ਅਸੀਂ ਆਏ ਸਾਲ ਕਰਾਉਂਦੇ ਹਾਂ ਪਰ ਸਾਡੇ ਘਰ ਵਿੱਚ ਸੁੱਖ ਨਹੀਂ, ਸਾਡੇ ਘਰ ਵਿੱਚੋਂ ਬਿਮਾਰੀ ਨਹੀਂ ਜਾਂਦੀ, ਸਾਡੇ ਘਰ ਵਿੱਚ ਇਤਫਾਕ ਨਹੀਂ, ਸਾਡੇ ਘਰ ਵਿੱਚ ਦੋ ਭਰਾ ਇਕੱਠੇ ਹੋ ਕੇ ਨਹੀਂ ਬਹਿੰਦੇ। ਇਹਦਾ ਕਾਰਨ ਕੀ ਹੈ, ਕਿਉਂ ਨਹੀਂ ਬਹਿੰਦੇ ਇਕੱਠੇ ਹੋ ਕੇ? ਸਾਧ ਸੰਗਤ ਕਈ ਪ੍ਰੇਮੀ ਆਉਂਦੇ ਨੇ, ਬਾਬਾ ਜੀ ਆਹ ਬਿਮਾਰੀ ਲੱਗੀ ਆ, ਰੋਗ ਲੱਗਿਆ, ਦੱਸੋ ਕੋਈ ਤਰੀਕਾ। ਅਤੇ ਕਈਆਂ ਨੂੰ ਬੇਨਤੀ ਕਰੀ ਦੀ ਖੰਡ ਪਾਠ ਕਰਾਓ, ਉਹ ਪਾਠ ਕਰਾਓ, ਉਹ ਪਾਠ ਖੰਡ ਪਾਠ ਸਾਹਿਬ ਕਰਾ ਦਿੰਦੇ ਨੇ। ਦੋ ਕੁ ਮਹੀਨੇ ਬਾਅਦ ਫਿਰ ਮਿਲੇ, ਬਾਬਾ ਜੀ ਠੀਕ ਤਾਂ ਹੋਏ ਨਹੀਂ, ਖੰਡ ਪਾਠ ਦੇ ਕਰਾ ਦਿੱਤਾ। ਅਤੇ ਜੇ ਉਹਨਾਂ ਨੂੰ ਪੁੱਛੀਏ ਵੀ ਪ੍ਰੇਮੀਓ ਖੰਡ ਪਾਠ ਸਾਹਿਬ ਕਰਾਇਆ ਸੀ, ਕਹਿੰਦੇ ਹਾਂਜੀ। ਅੱਛਾ ਇਹ ਦੱਸੋ ਵੀ ਕੋਲ ਬਹਿ ਕੇ ਬਾਣੀ ਕਿੰਨਾ ਚਿਰ ਸੁਣੀ? ਕਹਿੰਦੇ ਜੀ ਬਸ ਜਦੋਂ ਹੁਕਮਨਾਮਾ ਲਿਆ ਸੀ ਉਦੋਂ, ਜਾਂ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਪੜੀਆਂ, ਦੇਗ ਵਰਤੀ ਅਤੇ ਦੇਗ ਲੈ ਕੇ ਉੱਠ ਗਏ, ਅਤੇ ਜਾਂ ਫਿਰ ਅਸੀਂ ਭੋਗ ਦੇ ਸਲੋਕ ਥੋੜ੍ਹੇ ਜਿਹੇ ਸੁਣੇ ਸੀ, ਅਤੇ ਜਾਂ ਫਿਰ ਅਖੀਰਲਾ ਹੁਕਮਨਾਮਾ ਸੁਣਿਆ ਸੀ। ਦੱਸੋ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਤੇ ਇਹ ਲਿਖਿਆ ਵੀ ਖੰਡ ਪਾਠ ਕਰਾਉਣ ਨਾਲ ਤੇਰਾ ਰੋਗ ਦੂਰ ਹੋ ਜੂ? ਕਿਤੇ ਪੰਗਤੀ ਵਿਖਾ ਦਿਓ, ਕਿੱਡਾ ਵੱਡਾ ਵਹਿਮ ਹੈ ਸਾਡੇ ਅੰਦਰ, ਕਿਤੇ ਇੱਕ ਪੰਗਤੀ ਵਿਖਾਓ ਜਿੱਥੇ ਲਿਖਿਆ ਹੋਵੇ ਕਿ ਅਖੰਡ ਪਾਠ ਰੋਗ ਤੋੜਦਾ, ਦੱਸੋ ਕਿੱਥੇ ਲਿਖਿਆ? ਕਿੱਥੇ ਲਿਖਿਆ ਸਹਿਜ ਪਾਠ ਰੋਗ ਤੋੜਦਾ? ਕਿਤੇ ਨਹੀਂ ਲਿਖਿਆ। ਰੋਗ ਟੁੱਟਦਾ
ਇੱਕੋ ਗੱਲ ਬਾਣੀ 'ਚ ਵਾਰ ਵਾਰ ਆਉਂਦੀ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੁਣੀ ਸੱਚੀ ਬਾਣੀ। ਰੋਗ ਉਤਰਨਗੇ, ਦੁੱਖ ਕੱਟੇ ਜਾਣਗੇ, ਪਰ ਕਾਹਦੇ ਨਾਲ? ਬਾਣੀ ਸੁਣਨ ਨਾਲ। ਆਪਾਂ ਕਹਿੰਦੇ ਅਖੰਡ ਪਾਠ ਕਰਾਉਣ ਨਾਲ ਕੱਟੇ ਜਾਣਗੇ। ਤਿੰਨੇ ਦਿਨਾਂ ਦੇ ਵਿੱਚ ਮਾੜੀ ਜੀ ਮਨਾਂ 'ਚ ਝਾਤੀ ਮਾਰੋ। ਅਖੰਡ ਪਾਠ ਸਭ ਨੇ ਕਰਵਾਏ ਨੇ, ਅੱਜ ਵੀ ਕਰਵਾ ਰਹੇ ਹੋ, ਕਈਆਂ ਨੇ ਤਰੀਕਾ ਰੱਖੀਆਂ ਨੇ ਵੀ ਮੈਂ ਹੁਣ ਅਖੰਡ ਪਾਠ ਕਰਾਉਣਾ ਹੈ। ਮਨਾਂ 'ਚ ਮਾਰੋ ਝਾਤੀ ਵੀ ਆਪਾਂ 48 ਘੰਟਿਆਂ ਦੇ ਵਿੱਚੋਂ ਕਿੰਨੇ ਘੰਟੇ ਕੋਲ ਬਹਿ ਕੇ ਬਾਣੀ ਸੁਣਦੇ ਹਾਂ। ਜਿਹੜਾ ਆਪਾਂ 48 ਘੰਟੇ ਘਰ 'ਚ ਪਾਠ ਕਰਾਉਂਦੇ ਹਾਂ, ਉਹਦੇ ਵਿੱਚੋਂ ਆਪਾਂ ਕਿੰਨਾ ਟਾਈਮ ਕੋਲ ਬਹਿ ਕੇ ਬਾਣੀ ਸੁਣਦੇ ਹਾਂ? ਵੱਧ ਤੋਂ ਵੱਧ ਘੰਟਾ ਜਾਂ 2 ਘੰਟੇ। ਬਾਣੀ ਨੂੰ ਸੁਣਨ ਨਾਲ ਰੋਗ ਕੱਟੇ ਜਾਣਗੇ, ਖੰਡ ਪਾਠ ਕਰਾਉਣ ਨਾਲ ਰੋਗ ਨਹੀਂ ਕੱਟੇ ਜਾਣੇ। ਸਾਡਾ ਕੰਮ ਕੀ ਹੈ? ਗੁੱਸਾ ਨਾ ਕਰਿਓ ਗੁਰੂ ਪਿਆਰਿਓ, ਸਾਡਾ ਹਾਲ ਕੀ ਹੈ? ਸਤਿਗੁਰੂ ਜੀ ਨੇ ਕਿਰਪਾ ਕੀਤੀ, ਸ਼ਾਦੀ ਦਾ ਦਿਨ ਆਇਆ। ਮਹਾਰਾਜ ਦੀ ਕਿਰਪਾ ਹੋ ਜਾਂਦੀ, ਵਿਆਹ ਦਾ ਦੇਣਾ ਜਾਂਦਾ। ਪੂਰੇ ਸਤਿਗੁਰ ਕਿਰਪਾ ਕੀਤੀ, ਸ਼ਾਦੀ ਦਾ ਦਿਨ ਆਇਆ, ਸਤਿਗੁਰਾਂ ਦੇ ਧੰਨਵਾਦ ਵਾਸਤੇ ਅਖੰਡ ਪਾਠ ਕਰਾਇਆ। ਅਖੰਡ ਪਾਠ ਦੇ ਕਮਰੇ ਮੂਹਰੇ ਟੈਲੀਵਿਜ਼ਨ ਚੱਲੇ, ਸਾਰਾ ਟੱਬਰ ਟੀਵੀ ਮੂਹਰੇ, ਬਾਬਾ ਜੀ ਰਹਿ ਗਏ ਇਕੱਲੇ। ਇਸੇ ਤਰ੍ਹਾਂ ਹੁੰਦਾ? ਹੱਸਣ ਵਾਲੀ ਗੱਲ ਤਾਂ ਹੈ ਨਹੀਂ ਕੋਈ। ਧਿਆਨ ਦਿਓ, ਜੇ ਉਹਨਾਂ ਦਿਨ ਟੀਵੀ ਦੀਆਂ ਤਾਰਾਂ ਪੱਟ ਦਿਆਂਗੇ ਫਿਰ ਕੀ ਹੋਜੂ? ਟੀਵੀ ਵੀ ਚੱਲਦਾ, ਪਾਠ ਵੀ ਚੱਲਦਾ, ਫਿਰ ਜਵਾਬ ਕੀ ਹੈ? ਸਾਡਾ ਰੋਗ ਨਹੀਂ ਜੀ ਕੱਟਿਆ ਗਿਆ। ਰੋਗ ਤੇ ਕੱਟਿਆ ਜਾਣਾ ਸੀ ਬਾਣੀ ਸੁਣਨ ਨਾਲ, ਉਹ ਆਪਾਂ 1 ਮਿੰਟ ਵੀ ਕੋਲ ਨਹੀਂ ਬੈਠੇ, ਫਿਰ ਰੋਗ ਕਿਵੇਂ ਕੱਟਿਆ ਜਾਏਗਾ? ਮੈਂ ਬਹੁਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਹੁੰਦਾ ਕਿ ਤੁਸੀਂ ਭਾਈ ਅਖੰਡ ਪਾਠ ਸਾਹਿਬ ਉਦੋਂ ਕਰਵਾਓ ਜਦੋਂ ਵਿਆਹ ਨਾ ਹੋਵੇ। ਸ਼ਾਦੀ, ਬੇਟੇ ਦਾ ਵਿਆਹ ਰੱਖਿਆ, ਪੁੱਤਰ ਦਾ ਵਿਆਹ, ਲੜਕੀ ਦਾ ਵਿਆਹ ਘਰ ਵਿੱਚ, ਉਹਦੇ ਤੋਂ 1 ਮਹੀਨਾ ਪਹਿਲਾਂ ਅਖੰਡ ਪਾਠ ਸਾਹਿਬ ਕਰਵਾ ਦਿਓ, ਜਦੋਂ ਰਿਸ਼ਤੇਦਾਰ ਵਿੱਚ ਨਾ ਆਉਣ। ਵਿਆਹਾਂ ਦੇ ਵਿੱਚ ਤਾਂ ਰਿਸ਼ਤੇਦਾਰ ਹੀ ਮਸਾਂ ਸਮਝਦੇ ਨੇ, ਉਧਰੋਂ ਹਲਵਾਈ ਨੂੰ ਸਮਾਨ ਚਾਹੀਦਾ ਜਿਹੜੀ ਕੜਾਹੀ ਰੱਖੀ ਘਰ 'ਚ। ਮਹਾਰਾਜ ਦੀ ਸੇਵਾ ਕਿਹੜਾ ਕਰੂ? ਪਾਠੀ ਸਿੰਘਾਂ ਦੀ ਸੇਵਾ ਕਿਹੜਾ ਕਰੇਗਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਖੰਡ ਪਾਠ ਸਾਹਿਬ ਜੇ ਕਰਾਉਣਾ ਹੈ ਤਾਂ ਵਿਆਹ ਤੋਂ ਮਹੀਨਾ ਪਹਿਲਾਂ ਕਰਾਓ, ਉਦੋਂ ਕਰਾਓ ਜਦੋਂ ਬਿਲਕੁਲ ਵਿਹਲ ਹੈ। ਤੈਨੂੰ ਪਤਾ ਵੀ ਹੁਣ ਖੇਤ ਵਿੱਚ ਕੰਮ ਨਿਬੜਿਆ ਹੋਇਆ, ਉਧਰੋਂ ਵੀ ਸਰਜੇਗਾ, ਮੇਲ ਨਹੀਂ ਆਉਣਾ, ਰਿਸ਼ਤੇਦਾਰ ਨਹੀਂ ਆਉਣੇ, ਤੂੰ ਕੇਵਲ ਮਹਾਰਾਜ ਦੀ ਸੇਵਾ ਕਰਨੀ ਹੈ ਅਤੇ ਗ੍ਰੰਥੀਆਂ ਦਾ ਸਤਿਕਾਰ ਕਰਨਾ। ਉਦੋਂ ਅਖੰਡ ਪਾਠ ਸਾਹਿਬ ਕਰਾਈਏ ਜਦੋਂ ਸਾਡੇ ਕੋਲ ਵਿਹਲ ਹੈ। ਅਸੀਂ ਦਿਖਾਵਾ ਥੋੜ੍ਹਾ ਕਰਨਾ, ਲੋਕਾਂ ਨੂੰ ਪਤਾ ਲੱਗ ਜੇ ਬੱਲੇ ਬੱਲੇ ਫਲਾਣੇ ਨੇ ਅਖੰਡ ਪਾਠ ਸਾਹਿਬ ਕਰਾ ਦਿੱਤਾ। ਨਹੀਂ ਨਹੀਂ, ਉੱਥੇ ਤਾਂ ਆਪਾਂ ਰਿਸ਼ਤੇਦਾਰੀਆਂ ਨੂੰ ਸਾਂਭਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਸੀਂ ਪੂਰਾ ਪੂਰਾ ਸਤਿਕਾਰ ਨਹੀਂ ਕਰ ਸਕਦੇ। ਸਤਿਗੁਰਾਂ ਦਾ ਸਤਿਕਾਰ ਉਦੋਂ ਹੁੰਦਾ ਹੈ ਜਦੋਂ ਹੋਰ ਕਿਸੇ ਵੱਲ ਨਾ ਧਿਆਨ ਹੋਵੇ, ਕੇਵਲ ਕਿਤੇ ਛੋਟੀ ਸੇਵਾ। ਪੰਚ ਵਾਰ ਗੰਗ ਜਾਏ, ਬਾਰ ਪੰਜ ਪਰਾਗ ਨਹਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਿਭਾਏ ਕਾ। ਪਾਠੀ ਸਿੰਘ ਦਾ ਇਸ਼ਨਾਨ, ਗੁਰੂ ਕੇ ਸਿੱਖ ਦਾ ਇਸ਼ਨਾਨ ਕਰਾਉਣਾ, ਜਿਹੋ ਜਿਹਾ ਇੱਕ ਹਿੰਦੂ 5 ਵਾਰੀ ਗੰਗਾ 'ਤੇ ਜਾਇਆ ਵੇ, ਜਿਹੋ ਜਿਹਾ ਇੱਕ ਗੁਰਸਿੱਖ ਨੂੰ ਘਰ 'ਚ ਇਸ਼ਨਾਨ ਕਰਾ ਦੇ, ਬਰਾਬਰ ਫਲ ਹੈ। ਖੁਸ਼ ਸਤਿਪਾਤ ਬਰਾਬਰ ਫਲ ਹੈ। ਸਿੱਖ ਕੋ ਪਲਾਏ ਪਾਨੀ ਭਾਓ ਕਰ ਕੁਰ ਖੇਤ। ਗ੍ਰੰਥੀ ਸਿੰਘ ਕਹਿੰਦਾ ਪਾਣੀ ਦਾ ਗਲਾਸ ਲਿਆ ਦੇ, ਕਹਿੰਦੇ ਤੇਰੇ ਟੁੱਟੇ ਨੇ ਆਪੇ ਪੀ ਲਾ ਜਾ ਕੇ। ਸਿੱਖ ਕੋ ਪਲਾਏ ਪਾਨੀ ਭਾਓ ਕਰ ਕੁਰ ਖੇਤ।
ਇੱਕ ਗੁਰਸਿੱਖ ਨੂੰ ਪਾਣੀ ਪਿਲਾ ਦਿਓ, ਜਿਹੋ ਜਿਹਾ ਕੁਰਸ਼ੇਤਰ ਹਿੰਦੂ ਜਾ ਆਉਂਦਾ ਨਾ, ਉਹੋ ਜਿਹਾ ਤੂੰ ਘਰ ਬੈਠੇ ਹੀ ਜਾ ਆਇਆ। ਕੋ ਸਤਨਾਮ ਅਸਮੇਧ ਜੱਗ ਫਲ ਸਿੱਖ ਕੋ ਜਵਾਏ ਕਾ, ਜਿਹੋ ਜਿਹਾ ਅਸਮੇਧ ਜੱਗ ਕਰਾਤ, ਉਹ ਅਸਮੇਧ ਜੱਗ ਕਰਾਉਣ ਤੇ ਕਰੋੜਾਂ ਰੁਪਇਆ ਲੱਗੇਗਾ ਜੇ ਅੱਜ ਕਰਾਉਣਾ ਹੋਵੇ। ਇੱਕ ਗੁਰਸਿੱਖ ਨੂੰ ਘਰ 'ਚ ਭਾਵਨਾ ਦੇ ਨਾਲ ਪ੍ਰਸ਼ਾਦਾ ਛਕਾ ਦੇ, ਇੱਕ ਗੁਰਸਿੱਖ ਨੂੰ। ਹੁਣ ਅਸੀਂ ਇੱਕ ਸ਼ੰਕਾ ਕਰਾਂਗੇ, ਇੱਥੇ ਧਿਆਨ ਦੇਣਾ। ਅਸੀਂ ਕਹਾਂਗੇ ਵੀ ਜਿਹੜਾ ਗੁਰਸਿੱਖ ਹੈ, ਗੁਰਸਿੱਖ ਤਾਂ ਕੋਈ ਲੱਭਦਾ ਹੀ ਨਹੀਂ, ਪੂਰਾ ਗੁਰਸਿੱਖ ਲੱਭਦਾ ਨਹੀਂ ਕੋਈ। ਇਹਦੇ 'ਚ ਆਹ ਘਾਟ ਹੈ, ਇਹਦੇ 'ਚ ਆਹ ਘਾਟ ਹੈ, ਇਹਦੇ 'ਚ ਆਹ ਘਾਟ ਹੈ। ਨਹੀਂ ਨਹੀਂ, ਹੋਵੇ ਭਾਵੇਂ ਘਾਟ ਵਾਲਾ, ਤੇਰੀ ਸ਼ਰਧਾ ਇਹ ਹੋਵੇ ਗੁਰੂ ਨਾਨਕ ਬੈਠਾ। ਖੁਸ਼ ਸਤਨਾਮ। ਪੰਗਤ ਵਿੱਚ ਇੱਕ ਸੇਵਾਦਾਰ ਜਦੋਂ ਲੰਗਰ ਵਰਤਾ ਰਿਹਾ ਨਾ, ਲੰਗਰ ਭਾਵਨਾ ਕੀ ਹੋਵੇ? ਸੰਤ ਮਹਾਰਾਜ ਦੱਸਿਆ ਕਰਦੇ ਸੀ, ਕਹਿੰਦੇ ਭਾਈ ਭਾਵਨਾ ਇਹ ਹੋਵੇ ਕਿ ਪੰਗਤ ਵਿੱਚ ਦਸੇ ਪਾਤਸ਼ਾਹੀਆਂ ਵਿੱਚ ਹੀ ਬੈਠੀਆਂ ਨੇ। ਮੈਂ ਬੜੇ ਧਿਆਨ ਨਾਲ ਵਰਤਾਉਣਾ, ਮੈਂ ਬੜੇ ਧਿਆਨ ਨਾਲ ਲੰਗਰ ਛਕਾਉਣਾ, ਭੁੱਲ ਨਾ ਹੋ ਜੇ ਕੋਈ, ਕੋਈ ਮੇਰੇ ਤੋਂ ਗਲਤੀ ਨਾ ਹੋ ਜੇ, ਮੇਰੇ ਤੋਂ ਅਵੱਗਿਆ ਨਾ ਹੋ ਜੇ, ਇਹ ਦਸੇ ਪਾਤਸ਼ਾਹੀਆਂ ਹਾਜ਼ਰ ਬੈਠੀਆਂ ਨੇ ਵਿੱਚ, ਇੱਕੋ ਜਿਹਾ ਬਰਾਬਰ। ਇੱਕ ਉੱਥੇ ਮੇਰੇ ਕੋਲ ਖੜ ਗਿਆ, ਮੈਂ ਕਿਹਾ ਲੈ ਬਈ ਤੂੰ ਪ੍ਰਸ਼ਾਦ ਦੇਈ ਚੱਲ। ਕਹਿੰਦਾ ਜੀ ਠੀਕ ਹੈ। ਅਤੇ ਸਾਧ ਸੰਗਤ ਜੀ ਉਹ ਲੱਗ ਪਿਆ ਵਰਤਾਉਣ, ਥੋੜ੍ਹਾ ਥੋੜ੍ਹਾ ਸਾਰਿਆਂ ਨੂੰ ਵਰਤਾਈ ਜਾਏ। ਕਿਸੇ ਉਹ ਸੇਬ ਕੱਟ ਕੇ ਰੱਖੇ ਹੋਏ ਸੀ ਕਿ ਇੱਕ ਸੇਬ ਦੇ ਪੰਜ ਪੰਜ ਟੁਕੜੇ ਇੱਕ ਇੱਕ ਕਰਕੇ ਸਾਰਿਆਂ ਨੂੰ ਫੜਾਈ ਜਾਏ। ਘਰ ਵਾਲੀ ਆ ਗਈ, ਪੂਰਾ ਹੀ ਫੜਾ ਦਿੱਤਾ ਉਹਨੇ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕੀ ਕਰਦਾ ਤੂੰ? ਜਦੋਂ ਆਪਾਂ ਲੰਗਰ ਵਿੱਚ ਪ੍ਰਸ਼ਾਦ ਵਰਤਾਉਂਦੇ ਹਾਂ ਨਾ, ਜਦੋਂ ਲੰਗਰ ਵਿੱਚ ਸੇਵਾ ਕਰਦੇ ਹਾਂ, ਉਦੋਂ ਰਿਸ਼ਤੇਦਾਰੀ ਨਹੀਂ ਵੇਖਣੀ ਚਾਹੀਦੀ। ਉਦੋਂ ਇਹ ਨਾ ਵੇਖੋ ਵੀ ਇਹ ਸਾਡਾ ਹੈ, ਇਹ ਨਾ ਵੇਖੋ ਇਹ ਬਗਾਨਾ ਹੈ। ਉਦੋਂ ਤੇ ਬਰਾਬਰ ਇਹ ਦਸੇ ਪਾਤਸ਼ਾਹੀਆਂ ਪੰਗਤ 'ਚ ਬੈਠੀਆਂ, ਇਹ ਭਾਵਨਾ ਹੋਵੇ ਫਿਰ ਸ਼ਰਧਾ, ਫਿਰ ਗੱਲ ਬਣੇਗੀ। ਜਦੋਂ ਜੋੜੇ ਝਾੜਨੇ ਨੇ, ਉਦੋਂ ਇਹ ਨਹੀਂ ਸੋਚਣਾ ਕਿ ਫਲਾਣੇ ਦਾ ਜੋੜਾ, ਇਹ ਫਲਾਣੇ ਦਾ ਜੋੜਾ, ਨਹੀਂ, ਇਹ ਗੁਰੂ ਨਾਨਕ ਦਾ ਜੋੜਾ, ਇਹ ਸ਼ਰਧਾ ਗੁਰਸਿੱਖ ਦੀ। ਜਦੋਂ ਪ੍ਰਸ਼ਾਦਾ ਛਕਾਉਣਾ ਹੈ, ਤੂੰ ਕਿਸੇ ਤੋਂ ਕੀ ਲੈਣਾ ਹੈ? ਤੈਨੂੰ ਪਤਾ ਇਹ ਅੰਮ੍ਰਿਤਧਾਰੀ ਹੈ, ਬਾਜਾਂ ਵਾਲੇ ਦਾ ਅੰਮ੍ਰਿਤ ਇਹਦੇ ਮੁੱਖ 'ਚ ਪਿਆ, ਸਤਿਗੁਰਾਂ ਦੀ ਕਿਰਪਾ, ਬਾਣਾ ਪਾਇਆ ਹੈ, ਆਪਣੀ ਭਾਵਨਾ ਪੂਰੀ ਰੱਖ, ਫਲ ਤੈਨੂੰ ਪੂਰਾ ਮਿਲੇਗਾ। ਜੇ ਉਹ ਤੇਰੇ ਨਾਲ ਧੋਖਾ ਕਰ ਰਿਹਾ, ਉਹਦਾ ਫਲ ਉਹਦੀ ਝੋਲੀ 'ਚ ਪੈ ਜੂ। ਜੇ ਛਕਣ ਵਾਲਾ ਧੋਖੇਬਾਜ਼ ਹੈ, ਉਹਦਾ ਫਲ ਉਹਨੂੰ ਮਿਲੇਗਾ। ਤੂੰ ਆਪਣੀ ਸ਼ਰਧਾ ਬਣਾ ਲੈ, ਤੇਰੀ ਝੋਲੀ ਤੇਰੀ ਸ਼ਰਧਾ ਦਾ ਫਲ ਪਏਗਾ। ਅਸਮੇਧ ਜੱਗ ਫਲ ਸਿੱਖ ਕੋ ਜਵਾਏਗਾ। ਇੱਕ ਗੁਰਸਿੱਖ ਨੂੰ ਪ੍ਰਸ਼ਾਦਾ ਛਕਾ ਦਿੱਤਾ, ਜਿਹੋ ਜਿਹਾ ਅਸਮੇਧ ਜੱਗ ਕਰਾ ਦਿੱਤਾ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜਿਹੋ ਜਿਹੇ ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ, ਉਹੋ ਜਿਹਾ ਇੱਕ ਗੁਰਸਿੱਖ ਨੂੰ ਗੁਰੂ ਦਾ ਸ਼ਬਦ ਸਿਖਾ ਦਿੱਤਾ, ਬਰਾਬਰ ਫਲ। ਜੈਸੇ ਬੀਸ ਵਾਰ ਦਰਸ਼ਨ ਸਾਧ ਕੀਆ ਕਾਹੂ, ਜਿਹੋ ਜਿਹੇ ਕਿਸੇ ਕਮਾਈ ਵਾਲੇ ਸਾਧੂ ਦੇ 20 ਵਾਰੀ ਦਰਸ਼ਨ ਕਰ ਲਏ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏਗਾ। ਮੁੱਠੀ ਚਾਪੀ ਕਰਨੀ ਗੁਰਸਿੱਖ ਦੀ
ਮੁੱਠੀ ਚਾਪੀ ਕਰਨੀ ਵੀ ਬਹੁਤ ਵੱਡੀ ਸੇਵਾ ਹੈ, ਬਹੁਤ ਵੱਡੀ। ਜਿਹੋ ਜਿਹੇ ਕਿਸੇ ਕਮਾਈ ਵਾਲੇ ਸਾਧੂ ਦੇ 20 ਵਾਰੀ ਦਰਸ਼ਨ ਕਰ ਲਏ, ਜਿਹੋ ਜਿਹੇ ਇੱਕ ਗੁਰਸਿੱਖ ਦੀ ਮੁੱਠੀ ਚਾਪੀ ਕਰਤੀ। ਕਿੱਥੇ ਕਰਦੇ ਨੇ? ਹੇਮਕੁੰਡ ਸਾਹਿਬ ਜਾਓ, ਉੱਤਰਦਿਆਂ ਨੂੰ ਕਹਿਣਗੇ ਆ ਜਾਓ ਜੀ ਬੰਬੇ ਤੋਂ ਜਾਂ ਕਲਕੱਤੇ ਤੋਂ ਜਾਂ ਦਿੱਲੀ ਤੋਂ ਕੈਂਪ ਲੱਗਦੇ ਨੇ। ਉਹਨਾਂ ਕੈਂਪਾਂ ਦੇ ਵਿੱਚ ਸਾਧ ਸੰਗਤ ਉਹ ਨੌਜਵਾਨ ਨੇ ਜਿਹੜੇ ਆਉਂਦਿਆਂ ਨੂੰ ਕਹਿਣਗੇ ਆ ਜਾਓ ਤੁਹਾਡੀ ਥੋੜ੍ਹੀ ਸੇਵਾ ਕਰਨੀ, ਅਤੇ ਉਹ ਫਿਰ ਲੱਤਾਂ ਘੁੱਟਦੇ ਨੇ, ਬਾਹਾਂ ਘੁੱਟਦੇ ਨੇ, ਮਾਲਿਸ਼ ਕਰਦੇ ਨੇ। ਇਹ ਭਾਵਨਾ ਹੈ ਗੁਰਸਿੱਖ ਦੀ, ਇਹ ਭਾਵਨਾ ਹੈ। ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰ ਰਿਹਾ ਸੀ ਕਿ ਅਖੰਡ ਪਾਠ ਸਾਹਿਬ ਜੇ ਕਰਾਉਣਾ ਹੈ ਉਹ ਕਰਾਓ, ਵਿਆਹ ਦੇ ਨੇੜੇ ਤੇੜੇ ਨਾ ਹੋਵੇ, ਕੰਮ ਦੇ ਨੇੜੇ ਨਾ ਹੋਵੇ, ਖੁੱਲ੍ਹਾ ਸਮਾਂ ਹੋਵੇ ਸਾਡੇ ਕੋਲ, ਜਦੋਂ ਅਸੀਂ ਮਹਾਰਾਜ ਦੀ, ਸਤਿਗੁਰਾਂ ਦੀ ਅਤੇ ਸਤਿਗੁਰਾਂ ਦੇ ਪਿਆਰਿਆਂ ਦੀ ਪੂਰੀ ਪੂਰੀ ਸੇਵਾ ਕਰ ਸਕੀਏ ਸਾਰਾ ਪਰਿਵਾਰ। ਇਹ ਬਹੁਤ ਜ਼ਰੂਰੀ ਹੈ। ਅਤੇ ਅਖੰਡ ਪਾਠ ਸਾਹਿਬ ਨਾਲੋਂ ਜੇ ਸਹਿਜ ਪਾਠ ਕਰਾਈਏ ਉਹਦੇ ਵਰਗੀ ਰੀਸ ਨਹੀਂ। ਸਹਿਜ ਪਾਠ, ਸਹਿਜ ਪਾਠ ਵਿੱਚ ਤੁਸੀਂ ਗ੍ਰੰਥੀ ਸਿੰਘ ਨੂੰ ਪੁੱਛੋ, ਗ੍ਰੰਥੀ ਸਿੰਘ ਤੁਹਾਨੂੰ ਪੁੱਛਿਆ ਕਿ ਪਰਿਵਾਰ ਵਾਲਿਓ ਇਹ ਦੱਸੋ ਵੀ ਤੁਹਾਡੇ ਕੋਲ ਕਿੰਨਾ ਟਾਈਮ ਹੈ ਪਾਠ ਸੁਣਨ ਦਾ। ਜੇ ਤੁਸੀਂ ਕਹੋ ਵੀ 4 ਘੰਟੇ ਅਸੀਂ ਰੋਜ਼ ਸੁਣ ਸਕਦੇ ਹਾਂ, 2 ਘੰਟੇ ਸਵੇਰੇ 2 ਘੰਟੇ ਸ਼ਾਮ, ਫਿਰ ਉਹ ਤੁਹਾਨੂੰ ਦੱਸ ਦੂਗਾ ਵੀ 48 ਘੰਟਿਆਂ 'ਚ ਪਾਠ ਹੋਣਾ, ਇੰਨੇ ਦਿਨ ਲੱਗ ਜਾਣਗੇ। ਉਹ ਦੱਸੇਗਾ ਇੰਨੇ ਦਿਨ ਲੱਗਣਗੇ, 13 ਦਿਨ ਬਾਅਦ ਭੋਗ ਪਾ ਲਓ, 21 ਦਿਨ ਬਾਅਦ ਭੋਗ ਪਾ ਲਓ, ਮਹੀਨੇ ਬਾਅਦ ਭੋਗ ਪਾ ਲਓ, ਭਾਵੇਂ 6 ਮਹੀਨਿਆਂ ਨੂੰ ਭੋਗ ਪਾ ਲਓ, ਪਰ ਬਾਣੀ ਦਾ ਇੱਕ ਇੱਕ ਅੱਖਰ ਅਸੀਂ ਸੁਣਨਾ ਪੂਰਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ, ਖਿਮਾ ਕਰਿਓ, ਕਈ ਤਾਂ ਮੇਰੇ ਵਰਗੇ ਐਸੇ ਨੇ ਜਿਹੜੇ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਹਾਂ, ਪਰ ਕਈਆਂ ਨੇ ਤਾਂ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਪੂਰੇ ਸਤਿਗੁਰਾਂ ਦੇ ਦਰਸ਼ਨ ਵੀ ਨਹੀਂ ਕੀਤੇ, ਅਜੇ ਤੱਕ ਦਰਸ਼ਨ ਨਹੀਂ ਕੀਤੇ, ਲੰਘ ਗਈ ਸਾਰੀ ਜ਼ਿੰਦਗੀ। ਉਹਦੀ ਗੱਲ ਨਹੀਂ ਜਿਹੜਾ ਪੜ੍ਹ ਨਹੀਂ ਸਕਦਾ, ਪਰ ਜਿਹੜਾ ਪੜ੍ਹਿਆ ਲਿਖਿਆ ਉਹ ਵੀ ਸਾਰੀ ਜ਼ਿੰਦਗੀ ਦਰਸ਼ਨ ਨਹੀਂ ਕਰਦਾ। ਅਸੀਂ ਤਾਂ ਅਜੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ ਵੀ ਨਹੀਂ ਕੀਤੇ। ਜੇ ਕਿਤੇ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ ਵਾਰੀ ਅਸੀਂ ਖੁਦ ਪੜ੍ਹ ਲਈਏ, ਸਾਰੀ ਬਾਣੀ ਦੇ ਅਸੀਂ ਖੁਦ ਦਰਸ਼ਨ ਕਰ ਲਈਏ ਵੀ ਸਤਿਗੁਰਾਂ ਦਾ ਹੁਕਮ ਕੀ ਹੈ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਸਤਿਗੁਰਾਂ ਦਾ ਬਚਨ ਹੀ ਸਤਿਗੁਰੂ ਹਨ। ਸਤਿਗੁਰਾਂ ਦਾ ਹੁਕਮ ਵੱਡਾ ਹੈ, ਗੁਰੂ ਨਾਲੋਂ ਗੁਰੂ ਦਾ ਹੁਕਮ ਵੱਡਾ ਹੈ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਗੁਰੂ ਦਾ ਹੁਕਮ ਹੈ, ਅਸੀਂ ਆਪਣੇ ਸਤਿਗੁਰਾਂ ਦਾ ਪੂਰਾ ਹੁਕਮ ਅਜੇ ਤੱਕ ਪੜ੍ਹਿਆ ਹੀ ਨਹੀਂ, ਮੰਨਾਂਗੇ ਕਦੋਂ? ਹੁਕਮ ਅਜੇ ਸਤਿਗੁਰਾਂ ਦਾ ਇਹ ਹੁਕਮ ਹੈ ਸਾਰਾ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਦੀ ਸਾਰੀ ਬਾਣੀ ਸਾਨੂੰ ਹੁਕਮ ਹੈ, ਅਤੇ ਅਜੇ ਤੱਕ ਸਾਨੂੰ ਹੁਕਮ ਦਾ ਹੀ ਪਤਾ ਨਹੀਂ ਲੱਗਿਆ ਵੀ ਹੁਕਮ ਕੀ ਹੈ। ਕਿਸੇ ਬੰਦੇ ਨੂੰ ਆਪਾਂ ਹੁਕਮ ਕਰਦੇ ਹਾਂ ਭਾਈ ਆਹ ਕੰਮ ਕਰਕੇ ਆ, ਜੇ ਉਹ ਸਾਡੀ ਪੂਰੀ ਗੱਲ ਨਾ ਸਮਝੇ, ਗਲਤ ਕੰਮ ਕਰੇ ਹੁੰਦਾ, ਜਾ ਕੇ ਹੋਰ ਹੀ ਕਰੇ ਹੁੰਦਾ, ਉਹਨੂੰ ਪਤਾ ਹੀ ਨਹੀਂ, ਪੂਰਾ ਹੁਕਮ ਅਜੇ ਤੱਕ ਸਾਨੂੰ ਨਹੀਂ ਪਤਾ। ਜ਼ਰੂਰੀ ਹੈ ਕਿ ਜਿਹੜੇ ਪੜ੍ਹੇ ਲਿਖੇ ਨੇ ਇੱਕ ਪਾਠ, ਸਹਿਜ ਪਾਠ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਕਰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੂਰੇ ਦਰਸ਼ਨ ਕਰਨ, ਆਪ ਹੁਕਮ ਜਿਹੜਾ ਉਹਦੇ ਦੀਦਾਰ ਹੋਣ, ਦਰਸ਼ਨ ਹੋਣ ਸਤਿਗੁਰਾਂ ਦੇ। ਉਸ ਤੋਂ ਅੱਗੇ ਫਿਰ ਜੇ ਅਸੀਂ ਸਹਿਜ ਪਾਠ ਕਰਾਉਣਾ ਹੈ, ਇੱਕ ਸਵਾਲ ਹੈ ਤੁਹਾਡਾ, ਤੁਸੀਂ ਕਹੋਗੇ ਬਾਬਾ ਜੀ ਅਸੀਂ ਪੜ੍ਹੇ ਲਿਖੇ ਹੈ ਨਹੀਂ, ਮੈਨੂੰ ਕਿਹੜਾ ਪਤਾ ਲੱਗਦਾ ਬਾਣੀ ਕਹਿੰਦੀ ਕਿ ਬਾਣੀ ਦਾ, ਅਤੇ ਪੜ੍ਹਿਆ ਲਿਖਿਆ ਨੂੰ ਵੀ ਨਹੀਂ ਪਤਾ ਲੱਗਦਾ ਵੀ ਕੀ ਕਹਿੰਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ
ਪੜ੍ਹਿਆ ਲਿਖਿਆ ਨੂੰ ਵੀ ਕਈਆਂ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਹਿਤਾ ਮਰਨ ਨੇ। ਹੁਣ ਸਵਾਲ ਇਹ ਹੈ ਕਿ ਸਾਨੂੰ ਕਿਹੜਾ ਸਮਝ ਆਉਂਦੀ ਹੈ ਜੀ, ਪਾਠ ਸੁਣਨ ਦਾ ਕੀ ਫਾਇਦਾ, ਸਾਡੇ ਦੁੱਖ ਕਿਵੇਂ ਕੱਟੇ ਜਾਣਗੇ, ਸਾਡੇ ਰੋਗ ਕਿਵੇਂ ਕੱਟੇ ਜਾਣਗੇ। ਬਾਣੀ ਅਲਾਹੀ ਹੈ, ਬਾਣੀ ਦਰਗਾਹੀ ਹੈ। ਜਿਹੜੀ ਬਾਣੀ ਦੀ ਆਵਾਜ਼ ਹੈ, ਜਿਹੜੀ ਬਾਣੀ ਦੀ ਧੁਨ ਹੈ, ਉਹ ਵੀ ਦਰਗਾਹੀ ਧੁਨ ਹੈ। ਮੰਨ ਲਓ ਪਾਠੀ ਸਿੰਘ ਪਾਠ ਕਰਦਾ, ਉਹ ਪੜ੍ਹ ਰਿਹਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪੜ੍ਹ ਰਿਹਾ ਪਾਠੀ ਸਿੰਘ ਪਾਠ ਕਰਦਾ ਨਾ, ਇਹ ਆਵਾਜ਼ ਸਾਡੇ ਕੰਨਾਂ 'ਚ ਪਏਗੀ। ਜਦੋਂ ਬਾਣੀ ਅਲਾਹੀ ਹੈ, ਇਹ ਜਿਹੜੀ ਧੁਨ ਹੈ ਇਹ ਧੁਨ ਵੀ ਅਲਾਹੀ ਹੈ। ਪੜ੍ਹ ਭਾਵੇਂ ਕੋਈ ਵੀ ਰਿਹਾ, ਜਿਹੜੀ ਆਵਾਜ਼ ਜਿਵੇਂ ਮੈਂ ਪੜ੍ਹ ਰਿਹਾ ਸੀ ਨਾ, ਤੁਸੀਂ ਸਾਰੇ ਸੁਣ ਰਹੇ ਸੀ, ਪਾਠੀ ਸਿੰਘ ਪਾਠ ਕਰਦਾ ਹੈ, ਇਹ ਦਰਗਾਹੀ ਧੁਨ ਹੈ। ਦਰਗਾਹੀ ਧੁਨ ਹੋਣ ਕਰਕੇ ਇਹ ਧੁਨ ਵਿੱਚ ਹੀ ਇੰਨੀ ਪਾਵਰ ਹੈ, ਸਾਡੇ ਰੋਗ ਕੱਟ ਸਕਦੀ ਹੈ। ਇਹ ਅਲਾਹੀ ਧੁਨ ਹੈ, ਇਸ ਧੁਨ ਵਿੱਚ ਇੰਨੀ ਪਾਵਰ ਹੈ, ਸਾਨੂੰ ਸਮਝ ਭਾਵੇਂ ਨਾ ਵੀ ਆਵੇ, ਇਹ ਧੁਨ ਵੀ ਸਾਡੇ ਰੋਗ ਕੱਟ ਦੇਗੀ। ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਿਜ ਪਾਠ ਕਰੀਬਨ ਘਰ 'ਚ ਕਰਾਉਣਾ, ਅਤੇ ਸਹਿਜ ਪਾਠ ਕਰੇ ਪਾਠੀ ਸਿੰਘ ਕੋਲ ਬਹਿ ਕੇ ਸੁਣਨਾ, ਜੇ ਖੰਡ ਪਾਠ ਸਾਹਿਬ ਵੀ ਕਰਾਉਣਾ। 48 ਘੰਟੇ ਅਸੀਂ ਲਗਾਤਾਰ ਚੌਂਕੜਾ ਮਾਰ ਕੇ ਨਹੀਂ ਸੁਣ ਸਕਦੇ, ਵੱਧ ਤੋਂ ਵੱਧ ਸਮਾਂ ਬਾਣੀ ਸੁਣ 'ਤੇ ਲਾਉਣਾ। ਇਹ ਹੈ ਗੁਰੂ ਦਾ ਹੁਕਮ ਮੰਨਣਾ, ਦੇ ਕਰਕੇ ਮੰਨਣਾ। ਆਗਿਆ ਭਾਈ ਤਵੀ ਚਲਾਇਓ ਪੰਥ, ਆ ਪੜ੍ਹੋ ਧਾਰਨਾ ਨਾਲ ਨਾਲ, ਕਿਉਂਕਿ ਧਾਰਨਾ ਵੀ ਜ਼ਰੂਰੀ ਹੈ, ਨਹੀਂ ਤਾਂ ਸੁਸਤੀ ਚੜ੍ਹ ਜਾਂਦੀ ਕਈਆਂ ਨੂੰ। ਇਹ ਵੀ ਬੋਲਿਆ ਵੀ ਕਰੋ ਨਾਲ ਨਾਲ, ਜੀ ਪਵਿੱਤਰ ਕਰਨੀ ਹੈ। ਮੈਂ ਹੁਣ ਜਦੋਂ ਕੀਰਤਨ ਸ਼ੁਰੂ ਕੀਤਾ ਸੀ ਨਾ, ਸਾਰਿਆਂ 'ਚ ਹੀ ਨਿਗਾਹ ਹੁੰਦੀ ਹੈ, ਕਈ ਨਹੀਂ ਬੋਲਦੇ, ਸੁੰਨ ਮੁੰਨ ਹੋਏ ਬੈਠੇ ਰਹਿੰਦੇ, ਵੇਖਦੇ ਰਹੇ ਵੀ ਕੀ ਚਿਮਟੇ ਕਿਵੇਂ ਵੱਜਦੇ ਆ, ਇਹ ਢੋਲਕੀ ਕਿਵੇਂ ਵੱਜਦੀ ਹੈ, ਆ ਮੇਰੇ ਨਾਲ ਦਾ ਕਿਵੇਂ ਬੋਲਦਾ, ਕਈ ਇਸ ਤਰ੍ਹਾਂ ਹੀ ਵੇਖਦੇ ਰਹਿੰਦੇ ਨੇ। ਤੁਸੀਂ ਕਿਸੇ ਤੋਂ ਕੀ ਲੈਣਾ ਹੈ, ਅਸੀਂ ਆਪਣਾ ਸਤਸੰਗ ਜੀ ਆਪਣਾ ਭਲਾ ਕਰਾਉਣ ਆਏ ਹਾਂ, ਅਸੀਂ ਆਪਣੇ ਵਾਸਤੇ ਆਏ ਹਾਂ, ਅਸੀਂ ਕਿਸੇ ਕਰਕੇ ਥੋੜ੍ਹਾ ਆਏ ਹਾਂ। ਤੁਸੀਂ ਆਪਣੇ ਵਾਸਤੇ ਆਇਓ, ਮੈਂ ਆਪਣੇ ਵਾਸਤੇ ਆਇਆ, ਅਸੀਂ ਆਪਣਾ ਭਲਾ ਮੰਗਣ ਆਏ ਹਾਂ। ਹੁਣ ਤੁਸੀਂ ਕਹੋਗੇ ਬਾਬਾ ਜੀ, ਜੇ ਅਸੀਂ ਬੋਲਣਾ ਸੀ ਤੁਹਾਨੂੰ ਕਾਹਦੇ ਵਾਸਤੇ ਸੱਦਿਆ, ਬੋਲੀ ਚਲੋ ਇਕੱਲੇ ਹੀ। ਨਹੀਂ ਨਹੀਂ, ਟੀਚਰ ਹਾਜ਼ਰੀ ਲਾਉਂਦਾ ਹੈ, ਅਧਿਆਪਕ ਹਾਜ਼ਰੀ ਲਾਉਂਦਾ ਹੈ, ਫਲਾਣਾ ਆਇਆ ਆਇਆ ਜੀ। ਜੇ ਕਿਤੇ ਬੈਠਾ ਹੋਵੇ ਕਲਾਸ 'ਚ, ਬੋਲੇ ਹੈ ਹੀ ਨਾ, ਹਾਜ਼ਰੀ ਲੱਗ ਜੂ। ਹੈਂਜੀ ਬੋਲੋ, ਨਹੀਂ ਲੱਗਣੀ ਹਾਜ਼ਰੀ, ਨਹੀਂ ਲੱਗਣੀ ਹਾਜ਼ਰੀ। ਉਦੋਂ ਲੱਗਦੀ ਹੈ ਜਦੋਂ ਸਾਧ ਸੰਗਤ ਅਸੀਂ ਬੋਲਾਂਗੇ। ਬੱਚਾ ਬੋਲੇਗਾ, ਜਿਹੜਾ ਸਕੂਲ ਵਿੱਚ ਟੀਚਰ ਪੜ੍ਹਾ ਰਿਹਾ, ਉਹ ਪੁੱਛੇਗਾ ਫਲਾਣਾ ਆਇਆ, ਜਾਂ ਤਾਂ ਹੱਥ ਖੜਾ ਕਰਨਾ ਪਊ, ਜਾਂ ਖੜਾ ਹੋ ਕੇ ਦੱਸਣਾ ਪਊ, ਜਾਂ ਬੋਲਣਾ ਪਏਗਾ ਵੀ ਮੈਂ ਆਇਆ ਬੈਠਾ, ਉਹਨੇ ਲਿਖ ਦੇਣਾ ਵੀ ਹਾਜ਼ਰ ਹੈ। ਅਤੇ ਜੇ ਸਾਧ ਸੰਗਤ ਨਾ ਬੋਲਿਆ, ਉਹਨੇ ਗੈਰ ਹਾਜ਼ਰੀ ਪਾ ਦੇਣੀ। ਅਸੀਂ ਇੱਥੇ ਆਏ ਹਾਂ, ਸਾਡੀ ਹਾਜ਼ਰੀ ਵੀ ਉਦੋਂ ਲੱਗਣੀ ਜਦੋਂ ਅਸੀਂ ਬੋਲਾਂਗੇ ਮਰ ਦੇ ਚਰਨਾਂ ਵਿੱਚ। ਬੀਬੀਆਂ ਕੱਪੜੇ ਧੋਂਦੀਆਂ ਨੇ, ਆਹ ਵੇਖੋ ਕਿੰਨਾ ਬੋਲੇ ਨੇ ਸਾਧ ਸੰਗਤ। ਜੇ ਬੀਬੀਆਂ ਕੱਪੜੇ ਧੋਂਦੀਆਂ ਹੈ,
ਤੇ ਉਹ ਇੱਕ ਲਾਂ ਬਣੀ ਹੈ ਉਹਦੇ ਤੇ ਰੱਸੀ ਤੇ ਕੱਪੜੇ ਪਾ ਦਿੱਤੇ ਤੇ ਜੇ ਕੋਈ ਕੰਨੀ ਰਹਿ ਜੇ ਮੈਲੀ ਦੁਆਰਾ ਵੀ ਧੋਣੀ ਪੈਂਦੀ ਕਈ ਵਾਰੀ ਹੁਣ ਸਾਡੇ ਕੰਨ ਵੀ ਪਵਿੱਤਰ ਹੋ ਗਏ ਕਿ ਅਸੀਂ ਸੁਣ ਰਹੇ ਹਾਂ ਪੈਰ ਪਵਿੱਤਰ ਕੀਤੇ ਨੇ ਆਪਾਂ ਚੱਲ ਕੇ ਆਏ ਹਾਂ ਮਸਤਕ ਪਵਿੱਤਰ ਕੀਤਾ ਮੱਥਾ ਟੇਕਿਆ ਕਰ ਡੰਡੋਤ ਪੁੰਨ ਵੱਡਾ ਇਹ ਮੱਥਾ ਵੀ ਪਵਿੱਤਰ ਕਰ ਲਿਆ ਆਪਾਂ ਹੱਥ ਪਵਿੱਤਰ ਕੀਤੇ ਨੇ ਹੱਥ ਜੋੜੇ ਨੇ ਅਤੇ ਮਾੜੀ ਮੋਟੀ ਸੇਵਾ ਵੀ ਕਰਾਂਗੇ ਅਤੇ ਜੀਭ ਮੈਲੀ ਲੈ ਜਾਣੀ ਇਹ ਰਸਨਾ ਇਹ ਮੈਲੀ ਲੈ ਜਾਣੀ ਦਿਨ ਰਾਤ ਗੀਤ ਗਾਉਂਦੀ ਹੈ ਟਰੈਕਟਰਾਂ 'ਤੇ ਵੀ ਗਾਉਂਦੀ ਹੈ ਗਾਉਣ ਵਾਲਾ ਬੋਲਦਾ ਨਾਲ ਨਾਲ ਬੋਲਦੇ ਆ ਗੱਡੀਆਂ ਵਿੱਚ ਵੀ ਗਾਉਂਦੀ ਹੈ ਕੰਨ ਦਿਨ ਰਾਤ ਮਾੜਾ ਸੁਣਦੇ ਨੇ ਉਹ ਮਸਾਂ ਟਾਈਮ ਮਿਲਿਆ ਜ਼ਿੰਦਗੀ ਵਿੱਚ 2-2.5 ਘੰਟੇ ਬਹਿਣ ਦਾ ਜੇ ਹੁਣ ਵੀ ਇਹਦੀ ਮੈਲ ਨਹੀਂ ਲਾਉਣੀ ਹੋਰ ਕਿੱਥੇ ਲਾਓਗੇ ਜਾ ਕੇ ਹੁਣ ਵੀ ਜੀ ਪਵਿੱਤਰ ਨਹੀਂ ਕਰਨੀ ਐਡੀ ਵੱਡੀ ਕਿਰਪਾ ਕਰਤੀ ਸਤਿਗੁਰਾਂ ਨੇ ਉਹ ਸਾਰੀ ਦੁਨੀਆ ਸੁੱਤੀ ਪਈ ਇੱਥੇ ਹੁਣ ਚਲੇ ਜਾਓ ਅਮਲੋਹ ਦੇ ਵਿੱਚ ਸਾਰਾ ਸਾਰਾ ਸ਼ਹਿਰ ਹੀ ਸੁੱਤਾ ਪਿਆ ਕੋਈ ਕੋਈ ਆਇਆ ਚਲੇ ਜਾਓ ਮੰਡੀ ਗੋਬਿੰਦਗੜ੍ਹ ਅੱਧੇ ਸੁੱਤੇ ਪਏ ਨੇ ਕਈ ਆਏ ਨੇ ਬਹੁਤੇ ਘਰਾੜੇ ਮਾਰਦੇ ਨੇ ਸਾਡੇ ਭਾਗ ਜਗਾਏ ਨੇ ਮਹਾਰਾਜ ਨੇ ਭਾਗ ਜਗਾਏ ਨੇ ਸਾਨੂੰ ਆਪ ਬੁਲਾਇਆ ਕਿਰਪਾ ਕਰਕੇ ਅਤੇ ਜੇ ਹੁਣ ਵੀ ਆਪਣੇ ਭਾਗ ਨਾ ਖੋਲੀਏ ਹੁਣ ਵੀ ਨਾ ਬੋਲੀਏ ਫਿਰ ਸਾਡੇ ਮਾੜੇ ਭਾਗ ਨੇ ਪਰ ਸਾਰੇ ਸਾਰੇ ਬੋਲਿਆ ਕਰੋ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੈ ਹਰ ਪ੍ਰਭ ਕੇਰੇ ਸ਼ਿਵ ਜੀ ਨੂੰ ਕਹਿੰਦੀ ਪਾਰਵਤੀ ਕਹਿੰਦੀ ਜੀ ਮੈਂ ਤੇ ਅਮਰ ਕਥਾ ਸੁਣਨੀ ਹੈ ਪਾਰਵਤੀਏ ਤੈਨੂੰ ਨੀਂਦਰ ਬਹੁਤੀ ਆਉਂਦੀ ਤੂੰ ਸੌਂ ਜਾਣਾ ਕਹਿੰਦੀ ਨਹੀਂ ਜੀ ਨਹੀਂ ਮੈਂ ਤੇ ਕਥਾ ਸੁਣੂ ਕਹਿੰਦੇ ਸੌਂ ਜਾਏਗੀ ਕਹਿੰਦੇ ਨਹੀਂ ਸੁਣੂ ਨਾ ਹੀ ਮੰਨੇ ਤ੍ਰਿਆ ਹੱਠ ਇਹ ਵੀ ਬੀਬੀਆਂ ਦਾ ਵੀ ਹੱਠ ਮੰਨਿਆ ਹੋਇਆ ਹੱਠ ਕਰਕੇ ਬਹਿ ਗਈ ਕਹਿੰਦੀ ਜੀ ਮੈਂ ਤੇ ਅਮਰ ਕਥਾ ਸੁਣਨੀ ਹੀ ਸੁਣਨੀ ਹੈ ਪਾਰਵਤੀਏ ਤੂੰ ਸੌਂ ਜਾਣਾ ਕਹਿੰਦੀ ਨਹੀਂ ਸੌਂਦੀ ਅੱਛਾ ਫਿਰ ਇੱਕ ਸ਼ਰਤ ਕਹਿੰਦੇ ਕੀ ਕਹਿੰਦੇ ਤੈਨੂੰ ਹੰਗੂਰਾ ਭਰਨਾ ਪਊ ਅੱਗੋਂ ਬੋਲੀ ਚੱਲੀ ਨਾਲ ਕਹਿੰਦੇ ਜੀ ਠੀਕ ਹੈ ਭਗਵਾਨ ਲੱਗ ਕੇ ਕਥਾ ਸੁਣਾਉਣ ਉਹੀ ਗੱਲ ਬਣੀ ਪਾਰਵਤੀ ਸੌਂਗੀ ਇੱਥੇ ਵੀ ਕਈ ਸੌਂ ਜਾਂਦੇ ਨੇ ਕਈ ਇੱਥੇ ਵੀ ਸੌਂ ਜਾਂਦੇ ਨੇ ਕਈ ਇੱਕ ਸਾਡੇ ਨਾਲ ਸਿੰਘ ਰਹਿੰਦਾ ਉਹ ਸਟੇਜ 'ਤੇ ਹੀ ਸੌਂ ਜਾਂਦਾ ਤਾਂ ਉਦੋਂ ਪਤਾ ਲੱਗਦਾ ਉਹ ਸਪੀਕਰ 'ਚ ਘਰਾੜੇ ਦੀ ਆਵਾਜ਼ ਚੱਲੀ ਸਟੇਜ 'ਤੇ ਹੀ ਸੌਂ ਜਾਂਦੇ ਕਈ ਵਾਰੀ ਹੁਣ ਧਿਆਨ ਦਿਓ ਉਹੀ ਗੱਲ ਬਣੀ ਬੜਾ ਰੋਕਿਆ ਸੀ ਸੱਚਮੁੱਚ ਸੌਂਗੀ ਪਾਰਵਤੀ ਸੌਂਗੀ ਭਗਵਾਨ ਸਰਾਉਂਦੇ ਰਹੇ ਕਥਾ ਤੇ ਲਾਹਾ ਕੋਈ ਲਾਹਾ ਕੌਣ ਲੈ ਗਿਆ ਤੋਤਾ ਬੋਲਣ ਵਾਲਾ ਤੋਤਾ ਸੀ ਉਹ ਹੰਗੂਰਾ ਭਰਦਾ ਰਿਹਾ ਭਗਵਾਨ ਕਥਾ ਸੁਣਾਈ ਗਏ ਤੋਤੇ ਨੇ ਕਥਾ ਸੁਣ ਲਈ ਪਾਰਵਤੀ ਦੇ ਭਾਗਾਂ 'ਚ ਨਹੀਂ ਸੀ ਭਾਗਾਂ ਤੋਂ ਬਿਨਾਂ ਗੱਲ ਨਹੀਂ ਬਣਦੀ ਅੱਜ ਸਾਡੇ ਭਾਗ ਜਾਗੇ ਨੇ ਅਤੇ ਆਪਾਂ ਇੱਥੇ ਆਏ ਹਾਂ ਅਤੇ ਹੁਣ ਲਾਹ ਲਈਏ ਸਾਡੇ ਕਿਤੇ ਉਹ ਪਾਰਵਤੀ ਵਾਲਾ ਕੰਮ ਨਾ ਬਣ ਜੇ ਜਦੋਂ ਪੇਖਿਆ ਭਗਵਾਨ ਨੇ ਉਹ ਤਾਂ ਸੁੱਤੀ ਪਈ ਸੁੱਤੀ ਰਹਿ ਗਈ ਕਰਮਾਂ ਦੀ ਮਾਰੀ ਸੁਣੀ ਨਾ ਮੇਰੀ ਅਮਰ ਕਥਾ ਭਗਵਾਨ ਕਹਿੰਦੇ ਸੁਣੀ ਨਹੀਂ ਕਥਾ ਸੁੱਤੀ ਵੀ ਰਹਿ ਗਈ ਗੁਰੂ ਪਿਆਰਿਓ ਅਮਰ ਕਥਾ ਇੱਕ ਬੇਨਤੀ ਹੈ ਅਮਰ ਕਥਾ ਲੁੱਕ ਕੇ ਕਥਾ ਕਰਦੇ ਨੇ ਹੋਰ ਨਾ ਕੋਈ ਸੁਣਦੇ ਉਹ ਕਾਹਦੀ ਅਮਰ ਕਥਾ ਖੁਸਤਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਇੱਕ ਇੱਕ ਪੰਗਤੀ ਅਮਰ ਕਥਾ ਹੈ ਬੋਲੋ ਸਤਨਾ ਇੱਕ ਇੱਕ ਸ਼ਬਦ ਅਮਰ ਕਥਾ ਹੈ ਆ
ਅਮਰ ਕਥਾ ਦਾ ਮਤਲਬ ਕੀ ਹੈ? ਉਹ ਕਥਾ ਜਿਹੜੀ ਅਮਰ ਕਰ ਦੇਵੇ। ਅਮਰ ਕਥਾ ਦਾ ਮਤਲਬ ਕੀ ਹੈ? ਉਹ ਕਥਾ ਜਿਹੜੀ ਅਮਰ ਕਰ ਦੇਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਇੱਕ ਅੱਖਰ ਵੀ ਜੇ ਪਿਆਰ ਨਾਲ ਸੁਣੀਏ ਤੇ ਪੜ੍ਹੀਏ, ਇੱਕ ਇੱਕ ਅੱਖਰ ਅਮਰ ਕਰ ਸਕਦਾ, ਅਮਰ ਕਰਨ ਦੀ ਸ਼ਕਤੀ ਰੱਖਦਾ। ਗੁਰੂ ਪਿਆਰਿਓ, ਇਹ ਤੇ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ, ਲੁਕ ਕੇ ਕਿਉਂ ਸੁਣਨੀ ਹੈ, ਲੁਕ ਕੇ ਕਿਉਂ ਸੁਣਾਉਣੀ ਹੈ? ਕਈ ਕਹਿੰਦੇ ਨੇ ਮੈਂ ਨਹੀਂ ਕਿਸੇ ਨੂੰ ਦੱਸਣਾ, ਕਿਉਂ? ਕਹਿੰਦੇ ਜੇ ਦੱਸਤਾ ਤੇ ਪਾਪ ਲੱਗ ਜਾਂਦਾ, ਲੁਕੋ ਕੇ ਕਿਉਂ ਰੱਖਦੇ ਹੋ? ਹਾਂਜੀ, ਲੁਕਾਉਣਾ ਤੇ ਹੈ ਹੀ ਹੈ, ਕਿਉਂਕਿ ਚੋਰੀ ਦਾ ਮਾਲ ਹੈ ਖੁਦ ਸਤਨਾਮ, ਤੇ ਚੋਰੀ ਦਾ ਮਾਲ ਤੇ ਲੁਕਾਉਣਾ ਹੀ ਪੈਂਦਾ। ਸੱਚੀ ਗੱਲ ਹੈ, ਉਹ ਚੋਰੀ ਦਾ ਮਾਲ ਲੁਕਾਉਣਾ ਪੈਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਂ ਹੀ ਚੋਰੀਆਂ ਹੋਈਆਂ ਨੇ, ਆਖੋ ਸਤਨਾਮ, ਇੱਥੇ ਹੀ ਪਾੜ ਲੱਗੇ ਨੇ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਹੀ। ਕਈ ਕਹਿਣਗੇ ਬਾਬਾ ਜੀ ਇੱਕੋ ਹੀ ਗੱਲ ਹੈ, ਦੱਸੋ ਕੀ ਫਰਕ ਹੈ? ਬਾਣੀ ਦੀਆਂ ਗੱਲਾਂ ਉਹ ਕਰਦੇ ਨੇ, ਬਾਣੀ ਦੀਆਂ ਗੱਲਾਂ ਤੁਸੀਂ ਕਰਦੇ ਹੋ। ਮੈਂ ਇੱਕ ਨੂੰ ਕਿਹਾ, ਮੈਂ ਕਿਹਾ ਫਿਰ ਠੀਕ ਹੈ, ਉੱਥੇ ਨਿਸ਼ਾਨ ਸਾਹਿਬ ਵੀ ਲਾ ਦਿਓ ਅਤੇ ਮਰ ਦਾ ਪ੍ਰਕਾਸ਼ ਕਰ ਦਿਓ, ਫਿਰ ਸਾਨੂੰ ਕੀ ਲੋੜ ਵੀ ਕਹਿਣ ਦੀ, ਮਰ ਦਾ ਪ੍ਰਕਾਸ਼ ਕਰੋ। ਜੇ ਤੁਹਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੰਨਾ ਹੀ ਪਿਆਰ ਹੈ ਤੇ ਪ੍ਰਕਾਸ਼ ਕਰਕੇ ਨਿਸ਼ਾਨ ਸਾਹਿਬ ਲਾ ਦਿਓ, ਬਸ ਗੁਰਦੁਆਰਾ ਬਣ ਜਾਏਗਾ। ਪਰ ਗੁਰੂ ਘਰ ਥੋੜ੍ਹਾ ਬਣਾਉਣਾ ਉਹਨਾਂ ਨੇ, ਜੇ ਨਿਸ਼ਾਨ ਸਾਹਿਬ ਲਾ ਤਾ ਫਿਰ ਤਾਂ ਪਖੰਡ ਦਾ ਡੇਰਾ ਖਤਮ ਹੋ ਜੂ। ਉਹਨਾਂ ਨੇ ਸਾਰਿਆਂ ਨੂੰ ਸਾਧ ਸੰਗਤ ਜੀ ਸਾਰਿਆਂ ਨੂੰ ਇਕੱਠੇ ਕਰਨਾ ਹੈ, ਨਿਸ਼ਾਨ ਸਾਹਿਬ ਨਹੀਂ ਫਿਰ ਤਾਂ ਇਕੱਲੇ ਸਿੱਖਾਂ ਦਾ ਹੋਜੂ, ਜੇ ਮੰਦਰ ਬਣਾ ਤਾ ਹਿੰਦੂਆਂ ਦਾ ਹੋਜੂ, ਜੇ ਮਸੀਤ ਬਣਾ ਤੀ ਫਿਰ ਮੁਸਲਮਾਨਾਂ ਦਾ ਬਣਜੂ, ਜੇ ਈਸਾਈਆਂ ਵਾਲਾ ਉਹ ਚਿੰਨ ਲਾ ਤਾ ਫਿਰ ਈਸਾਈਆਂ ਵਾਲਾ ਬਣਜੂ। ਨਹੀਂ ਨਹੀਂ, ਉਹਨਾਂ ਨੇ ਸਾਰੇ ਇਕੱਠੇ ਕਰਨੇ ਨੇ, ਕਿਉਂਕਿ ਸਾਰੇ ਲੁੱਟਣੇ ਨੇ। ਆਖੋ ਸਤਨਾਮ, ਆਪਣੇ ਵਰਗੇ ਦਾੜੀਆਂ ਵਾਲੇ ਕਿੱਥੇ ਜਾਣਗੇ ਫਿਰ ਉੱਥੇ? ਸਾਰਿਆਂ ਨੂੰ ਗੁਰੂ ਪਿਆਰਿਓ, ਮੇਰੀ ਇੱਕ ਬੇਨਤੀ ਹੈ ਪਿਆਰ ਨਾਲ, ਕਿ ਚੰਗੇ ਨੇ ਸਾਰੇ, ਆਪੋ ਆਪਣੇ ਥਾਂ 'ਤੇ ਨੇ, ਸਭ ਠੀਕ ਨੇ, ਪਰ ਆਪਣੇ ਗੁਰੂ ਦੀ ਵਡਿਆਈ ਕਰੀਏ। ਕਈ ਕਹਿੰਦੇ ਨਿੰਦਿਆ, ਨਿੰਦਿਆ ਨਹੀਂ ਹੁੰਦੀ। ਜਿਵੇਂ ਇੱਕ ਬੰਦਾ ਬੜਾ ਚੌੜਾ ਹੋਇਆ ਫਿਰਦਾ, ਮੇਰਾ ਜੀ ਸਾਈਕਲ ਹੈ 20 ਦੀ ਸਪੀਡ 'ਤੇ ਦੌੜਦਾ, ਗਵਾਂਢੀ ਨੂੰ ਟਿਕਣ ਹੀ ਨਾ ਦੇਵੇ, ਮੇਰਾ ਸਾਈਕਲ 20 ਦੀ ਸਪੀਡ 'ਤੇ ਜਾਂਦਾ ਹੈ। ਜੇ ਗਵਾਂਢੀ ਹੀਰੋ ਆਂਡਾ ਲੈ ਆਵੇ ਫਿਰ ਨੀਵੀਂ ਪਾਉਣੀ ਪਊ ਨਾ ਉਹਨੂੰ, ਆਪੇ ਨੀਵੀਂ ਪਾਉਣੀ ਪਏਗੀ, ਬੋਲਣ ਜੋਗਾ ਰਿਹਾ ਹੀ ਨਹੀਂ। ਸਾਧ ਸੰਗਤ, ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹਾਂ ਨਾ, ਤਾਂ ਬੋਲਣ ਜੋਗਾ ਕੋਈ ਰਹਿੰਦਾ ਹੀ ਨਹੀਂ। ਆਖੋ ਸਤਨਾਮ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਜਦੋਂ ਬਾਜਾਂ ਵਾਲੇ ਸਤਿਗੁਰਾਂ ਦੀ ਗੱਲ ਕਰਦੇ ਹੈ, ਉਹ ਵੀ ਗੁਰੂ ਸਨ, ਅੱਜ ਦੇ ਵੀ ਗੁਰੂ ਬਣਦੇ ਨੇ, ਪਰ ਪਤਾ ਉਦੋਂ ਲੱਗਦਾ ਜਦੋਂ ਇਤਿਹਾਸ ਮਿਲਾਵਾਂਗੇ। ਫੋਟੋਆਂ ਦੀ ਕਿਹੜੀ ਗੱਲ ਹੈ, ਇਸ਼ਤਿਹਾਰਾਂ ਦੀ ਕਿਹੜੀ ਗੱਲ ਹੈ? ਸੜਕਾਂ 'ਤੇ ਇਸ਼ਤਿਹਾਰ ਲਾ ਦਿਓ ਬਰਾਬਰ ਗੁਰੂ ਗੋਬਿੰਦ ਸਾਹਿਬ ਬਰਾਬਰ, ਉਹ 'ਤੇ ਕਿਹੜੀ ਗੱਲ? ਉਹ 'ਤੇ ਆਪਾਂ ਲਾਇਆ ਹੈ ਫੋਟੋਆਂ। ਇੱਕ ਜਿਹੜਾ ਉਹ ਕੰਸ ਕਹਿੰਦੇ ਵਧਾ, ਉਹ ਪ੍ਰਸ਼ਤੀ, ਉਹਦੇ ਉੱਤੇ ਫੋਟੋਆਂ ਲਾ ਦਿਓ, ਬਰਾਬਰ ਲੱਗੀਆਂ ਨੇ ਦੋ, ਇੱਕ ਗੁਰੂ ਗੋਬਿੰਦ ਸਿੰਘ ਦੀ ਲੱਗੀ ਘੋੜੇ 'ਤੇ ਚੜ੍ਹੇ ਨੇ, ਨਾਲ ਅੱਜ ਦੇ ਬਾਬਾ ਜੀ ਬੈਠੇ ਨੇ ਇੰਜ ਹੱਥ ਕਰਕੇ, ਇੰਜ ਹੁੰਦਾ ਨਾ ਹੱਥ, ਇੰਜ ਹੱਥ ਕੀਤਾ ਹੈ, ਅੱਜ ਦੇ ਬਾਬਾ ਜੀ ਬੈਠੇ ਨੇ, ਨਾਲ ਬਾਜਾਂ ਵਾਲੇ ਬੈਠੇ ਨੇ, ਫੋਟੋਆਂ ਦੀ ਕਿਹੜੀ ਗੱਲ ਹੈ? ਪਤਾ ਉਦੋਂ ਲੱਗਣਾ ਹੈ
ਜਦੋਂ ਇਤਿਹਾਸ ਮਿਲਾਵਾਂਗੇ, ਜਦੋਂ ਨਾਲ ਜੀਵਨ ਮਿਲਾਵਾਂਗੇ, ਜਦੋਂ ਕਮਾਈ ਮਿਲਾਵਾਂਗੇ, ਜਦੋਂ ਕੁਰਬਾਨੀ ਮਿਲਾਵਾਂਗੇ, ਬਾਜਾਂ ਵਾਲੇ ਸਤਿਗੁਰਾਂ ਦੇ ਸਾਹਮਣੇ ਤੇ ਸਾਰੀ ਜੀਰੋ ਨੇ ਆਖੋ ਸਤਨਾਮ ਆਪਣੀ ਕਿਸੇ ਨਾਲ ਵਿਰੋਧ ਤਾਂ ਨਹੀਂ। ਮੈਂ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਦਾ, ਬੜੇ ਨੇ ਜਿਹੜੇ ਜੁੜੇ ਹੋਏ ਨੇ, ਜੁੜੇ ਰਹੋ। ਤੁਸੀਂ ਜਿੱਥੇ ਜੁੜੇ ਹੋ ਜੁੜੇ ਰਹੋ, ਕੋਈ ਗੱਲ ਨਹੀਂ। ਪਰ ਇੱਕ ਬੇਨਤੀ ਹੈ ਕਿ ਪਰਖ ਜ਼ਰੂਰ ਕਰਨੀ ਹੈ ਆਪਣੀ ਜ਼ਿੰਦਗੀ 'ਚ, ਇੱਕ ਵਾਰੀ ਪਰਖ ਜ਼ਰੂਰ ਕਰਿਓ। ਇਹ ਨਹੀਂ ਹੁੰਦੀ, ਇਹ ਤਾਂ ਅਨਪੜ੍ਹਤਾ ਹੈ ਕਿ ਇਕੱਠ ਵੇਖ ਲਿਆ ਚਲੇ ਗਏ, ਲੱਖਾਂ ਲੋਕ ਗਏ ਚਲੇ ਗਏ, ਗੁਆਂਢੀ ਚਲਿਆ ਗਿਆ, ਤੂੰ ਵੀ ਚਲਿਆ ਗਿਆ ਨਾਲ ਹੀ। ਕੀ ਵੇਖਿਆ? ਬੜਾ ਸੋਹਣਾ ਜੀ, ਬੱਲੇ ਬੱਲੇ ਬੱਲੇ, ਬੜਾ ਡੇਰਾ ਜੀ, ਉਹ ਤਾਂ ਬਸ ਜੀ ਬਾਹਰ ਬਣਿਆ ਪਿਆ, ਫੋਰਨ ਨਹੀਂ ਬਣਿਆ ਪਿਆ ਜੀ, ਫੋਰਨ ਦਾ ਨਕਸ਼ਾ ਹੈ। ਇਹ ਵੇਖ ਕੇ ਮੁੜ ਆਇਆ, ਤੂੰ ਧਿਆਨ ਦੇਣਾ ਜਰਾ, ਇਹੀ ਵੇਖਿਆ। ਇਹ ਸੋਚਣ ਸ਼ਕਤੀ ਤੇਰੀ ਕਿੱਥੇ ਹੈ? ਜਦੋਂ ਗੱਡੀ ਲੈਣ ਜਾਈਏ ਵੇਖੀ ਦਾ ਧੋਖਾ ਨਾ ਹੋ ਜਾਵੇ, ਗੱਡੀ ਲੈਣ ਜਾਈਏ ਟਾਇਰ ਚੈੱਕ ਕਰੀ ਦੇ ਨੇ, ਸੀਟਾਂ ਚੈੱਕ ਕਰੀ ਦੀਆਂ, ਇੰਜਨ ਚੈੱਕ ਕਰੀਦਾ, ਮਿਸਤਰੀ ਨਾਲ ਜਾਈਦਾ, ਧੋਖਾ ਨਾ ਹੋ ਜਾਵੇ ਕਿਤੇ। ਇਸੇ ਵਾਸਤੇ 5 ਰੁਪਏ ਦੀ ਚੀਜ਼ ਵੀ ਲੈਂਦਾ ਅਤੇ ਕਹਿੰਦਾ ਧੋਖਾ ਨਾ ਹੋ ਜਾਵੇ। ਇੱਕੋ ਮੇਰੀ ਆਪ ਜੀ ਦੇ ਚਰਨਾਂ 'ਚ ਪਿਆਰ ਨਾਲ ਬੇਨਤੀ ਹੈ, ਜਿੱਥੇ ਜੁੜੇ ਹੋ ਜੁੜੇ ਰਹੋ, ਪਰ ਇੱਕ ਵਾਰੀ ਪਰਖ ਕੇ ਵੇਖਿਓ ਜਿਹੜਾ ਘਰ ਤੁਸੀਂ ਛੱਡ ਕੇ ਗਏ ਹੋ ਇਹਦੇ ਬਰਾਬਰ ਹੈ? ਜਿਹੜਾ ਘਰ ਤੁਸੀਂ ਛੱਡ ਕੇ ਤੁਰ ਗਏ, ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਕਹਿਣਾ ਛੱਡਤਾ, ਹੋਰ ਨੂੰ ਪਿਤਾ ਕਹਿ ਰਹੇ ਹੋ, ਇੱਕ ਵਾਰੀ ਮਨਾਂ 'ਚ ਝਾਤੀ ਮਾਰਿਓ, ਇੱਕ ਵਾਰੀ ਮਾੜੀ ਜੀ ਮਗਰ ਨਿਗਾਹ ਮਾਰ ਕੇ ਵੇਖਿਓ ਵੀ ਜਿਹੜਾ ਪਿਤਾ ਘਰ ਛੱਡ ਆਇਆ ਇਹ ਉਹਦੇ ਵਰਗਾ ਹੈ? ਮਿਲਾ ਕੇ ਵੇਖਿਓ, ਪਤਾ ਫੇਰ ਲੱਗੇਗਾ। ਖੁਦ ਵੇਖਿਓ ਵਿਚਾਰ ਕਰਕੇ। ਸਤਿਗੁਰਾਂ ਨੇ ਮੱਤ ਦਿੱਤੀ ਹੈ, ਗਿਆਨ ਮਿਲਿਆ। ਪਸ਼ੂ ਮਿਲੇ ਚੰਗਿਆਈਆਂ, ਖੜਖਾ ਹੈ ਅੰਮ੍ਰਿਤ ਦੇ,